ਜਲੰਧਰ ਬਾਇਲੈਕਸ਼ਨਸ ਦੇ ਲਈ ਆ ਜੋ VOTING ਜਿਹੜੀ ਕਿ ਉਹ ਹੋ ਚੁੱਕੀ ਆ ਤੇ 13 ਤਰੀਕ ਨੂੰ ਹੁਣ ਨਤੀਜੇ ਜਿਹੜੇ ਕਿ ਆ ਉਹ ਸਾਹਮਣੇ ਆਉਣਗੇ ਇਸ ਵਕਤ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼wini ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਅਸ਼wini ਜੀ ਕਿਵੇਂ ਦੇਖਦੇ ਹੋ ਅੱਜ ਦੇ ਇਸ ਚੋਣ ਪ੍ਰੋਸੀਜਰ ਨੂੰ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਕਹਿਣਾ ਸੀਗਾ ਕਿ ਲੋਕਾਂ ਲੋਕੀ ਜਿਹੜੇ ਕਿ ਉਹ ਸਾਡੇ ਇੱਕ ਸਾਲ ਦੇ ਰਿਪੋਰਟ ਕਾਰਡ ਨੂੰ ਵੋਟ ਦੇਣਗੇ ਕਾਂਗਰਸ ਦਾ ਕਹਿਣਾ ਸੀਗਾ ਕਿ ਅਸੀਂ ਇਸ ਸੀਟ ਤੇ ਰਾਜ ਕਰਦੇ ਆਏ ਤੇ ਸੀਟ ਅੱਜ ਵੀ ਸਾਡੀ ਹੋਏਗੀ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਦੇ ਮਨ 'ਚ ਕੀ ਸੀਗਾ ਅੱਜ ਕੀ ਜਿਸ ਵੇਲੇ ਕੀ ਆਪਾਂ ਗੱਲਬਾਤ ਕਰ ਰਹੇ ਆ VOTING ਚੱਲ ਰਹੀ ਹੈ ਆਮ ਆਦਮੀ ਪਾਰਟੀ 13 ਮਹੀਨੇ ਦੇ ਰਾਜ ਚ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਖੋ ਚੁਕੀ ਹੈ ਇਹ ਇਸ ਗੱਲ ਨੇ ਦੱਸਤਾ ਹੈ ਕਿ ਜਿਸ ਪ੍ਰਕਾਰ ਉਹਦੇ MLA ਚੋਣ ਆਯੋਗ ਦੇ ਆਦੇਸ਼ਾਂ ਦਾ ਉਲੰਘਣ ਕਰਦੇ ਹੋਏ VOTING ਵਾਲੇ ਦਿਨ ਹਰ ਵਿਧਾਨ ਸਭਾ ਚ ਬੈਠੇ ਨੇ ਸੋ ਸੋ ਕਾਰਕਰਤਾ ਨਹੀਂ ਮੈਂ ਬੋਲਾਂਗਾ ਸੂਸੂ ਗੁੰਡਿਆਂ ਨੂੰ ਨਾਲ ਲੈ ਕੇ ਆਏ ਨੇ ਇਹਨਾਂ ਦੇ ਚੇਅਰਮੈਨ ਆਏ ਨੇ ਚਾਹੇ ਉਹ ਲੁਧਿਆਣੇ ਦੇ ਐਮਐਲਏ ਹੋਣ ਚਾਹੇ ਬਾਬਾ ਬਕਾਲਾ ਦਾ ਐਮਐਲਏ ਹੋਵੇ ਚਾਹੇ ਅੰਮ੍ਰਿਤਸਰ ਦਾ ਐਮਐਲਏ ਹੋਵੇ ਪੂਰੀ ਤਰ੍ਹਾਂ ਨਾਲ ਲੋਕਾਂ ਨੂੰ ਡਰਾਉਣਾ ਚਾਹੁੰਦੇ ਨੇ ਧਮਕਾਉਣਾ ਚਾਹੁੰਦੇ ਨੇ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਕਰਕੇ ਮਤਦਾਨ ਆਪਣੇ ਹੱਕ 'ਚ ਕਰਵਾਉਣਾ ਚਾਹੁੰਦੇ ਨੇ ਲੇਕਿਨ ਜਲੰਧਰ ਦੇ ਲੋਕੀ ਬੜੇ ਸੂਝਬਾਨ ਨੇ ਪੰਜਾਬੀ ਕਦੀ ਕਿਸੇ ਕੋਲੋਂ ਡਰਦਾ ਨਹੀਂ ਹੈਗਾ ਸਰਕਾਰ ਜਿੰਨਾ ਮਰਜੀ ਜ਼ੋਰ ਲਾ ਲੇ ਇਹ ਸਰਕਾਰ ਦੀ ناکامی ਸਾਬਤ ਹੋਣ ਵਾਲੀ ਹੈ ਔਰ ਜਲੰਧਰ ਨਵਾਂ ਇਤਿਹਾਸ ਲਿਖਣ ਵਾਲਾ ਆਮ ਆਦਮੀ ਪਾਰਟੀ ਜਿਹੜੀ ਹੈ ਜਲੰਧਰ ਦਾ ਚੋਣ ਹਾਰ ਚੁੱਕੀ ਹੈ ਜੇ ਉਹਨਾਂ ਨੂੰ ਆਪਣੇ ਕੰਮਾਂ ਤੇ ਇੰਨਾ ਵਿਸ਼ਵਾਸ ਹੁੰਦਾ ਤੇ ਇਸ ਪ੍ਰਕਾਰ ਦੀ ਗੁੰਡਾਗਰਦੀ ਨਹੀਂ ਕਰਦੇ ਪਰ ਸਾਡੀ ਸ਼ਿਕਾਇਤ ਪ੍ਰਸ਼ਾਸਨ ਨਾਲ ਹੈ ਅਸੀਂ ਚੋਣਯੋਗ ਨੂੰ ਵੀ ਸ਼ਿਕਾਇਤ ਕੀਤੀ ਹੈ ਦਿੱਲੀ 'ਚ ਵੀ ਕੀਤੀ ਹੈ ਇੱਥੇ ਡੀਸੀ ਨਾਲ ਮੇਰੀ ਆਪਣੀ ਵੀ ਗੱਲਬਾਤ ਹੋਈ ਹੈ ਸੀਪੀ ਨੂੰ ਵੀ ਕੰਪਲੇਨ ਭੇਜੀ ਹੈ ਲੇਕਿਨ ਪ੍ਰਸ਼ਾਸਨ ਆਉਂ ਲੱਗ ਰਿਹਾ ਕਿ ਜਿੱਦਾਂ ਕੁੰਭ ਕਰਨੀ ਨੀਂਦ ਸੁੱਤਾ ਹੈ ਨਿਰਪੱਖ ਚੋਣਾਂ ਕਰਾਣਾ ਲੋਕਾਂ ਨੂੰ ਉਹਨਾਂ ਦਾ ਵੋਟ ਆਪਣੀ ਮਰਜ਼ੀ ਨਾਲ ਪਾਉਣ ਦਾ ਮਾਹੌਲ ਪੈਦਾ ਕਰਨਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਔਰ ਇਹ ਪੂਰੀ ਤਰ੍ਹਾਂ ਨਾਲ ਪ੍ਰਸ਼ਾਸਨ ਫੇਲ ਹੋਇਆ ਔਰ ਹੁਣ ਤੱਕ ਵੀ ਮੈਨੂੰ ਜਾਣਕਾਰੀ ਹੈ ਹੁਣ ਇਹਨਾਂ ਨੇ ਸਾਡਾ ਵਿਪੱਖ ਨੇ ਜਦੋਂ ਰੋਲਾ ਰੱਪਾ ਪਾਇਆ ਤੇ ਆਪਣੀ ਚਿਹਰਾ ਬਚਾਉਣ ਦੇ ਲਈ ਅਨਾਉਂਸਮੈਂਟ ਸ਼ੁਰੂ ਕੀਤੀ ਹੈ ਲੇਕਿਨ ਅਜੇ ਤੱਕ ਵੀ ਬਾਰੀ ਪੰਜਾਬ ਦੀਆਂ ਦੂਜੀਆਂ ਪਾਰਲੀਮੈਂਟਾਂ ਤੋਂ ਆਏ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਚੇਅਰਮੈਨ ਇਹਨਾਂ ਦੇ ਕਾਰਜਕਰਤਾ ਪੂਰੀ ਤਰ੍ਹਾਂ ਨਾਲ ਦੰਦ ਨਾਰੇ ਨੇ ਔਰ ਬਤਮੀਜ਼ੀਆਂ ਕਰ ਰਹੇ ਨੇ ਜਿਹੜਾ ਕੋਈ ਉਹ ਪੁੱਛਦਾ ਉਹਦੇ ਨਾਲ ਉਲਝ ਰਹੇ ਨੇ ਸਾਡੀ ਪਾਰਟੀ ਦੇ ਨਾਲ ਵੀ ਦੋ ਤਿੰਨ ਜਗ੍ਹਾ ਇਹਨਾਂ ਦਾ ਟਕਰਾਵ ਹੋਇਆ ਇਹ ਲੋਕਤੰਤਰ ਦੀਆਂ ਗੱਲਾਂ ਕਰਨ ਵਾਲੀ ਪਾਰਟੀ ਲੋਕਤੰਤਰ ਦੀਆਂ ਮर्याਦਾਵਾਂ ਨੂੰ ਭੁੱਲ ਚੁੱਕੀ ਹੈ ਔਰ ਬੁਕਲਾਹਟ ਹੈ ਔਰ ਮੈਂ ਚੁਣავიਯੋਗ ਦੇ ਅਗੇ ਆਪ ਜੀ ਦੇ ਮਾਧਿਅਮ ਨਾਲ ਅਪੀਲ ਕਰ ਰਹਾ ਕਿ ਜਿਨ੍ਹਾਂ ਜਿਹੜੇ ਲੋਕ ਸੰਵਿਧਾਨਿਕ ਪਦਾਂ ਤੇ ਰਹਿ ਕੇ ਜਿਨ੍ਹਾਂ ਨੇ ਚੋਣ ਆਯੋਗ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ ਔਰ ਪ੍ਰਸ਼ਾਸਨ ਦੇ ਉਹ ਅਧਿਕਾਰੀ ਜਿਨ੍ਹਾਂ ਨੇ ਉਹਨੂੰ ਪਰੇਸ਼ਾਨ ਕੀਤਾ ਜਿਨ੍ਹਾਂ ਨੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਉਹਨਾਂ ਤੇ ਵੀ ਐਕਸ਼ਨ ਲੈਣ ਔਰ ਇਹਨਾਂ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤਾਂ ਕਿ ਹਿੰਦੁਸਤਾਨ ਦਾ ਲੋਕਤੰਤਰ ਜਿਹੜਾ ਹੈ ਉਹ ਤਾਕਤਵਰ ਬਣਿਆ ਰਹੇ ਔਰ ਇਸ ਪ੍ਰਕਾਰ ਆਪਣੇ ਰਾਜਨੀਤਿਕ ਸਵਾਰਥ ਲਈ ਕੋਈ ਪਾਰਟੀ ਤੁਲਨਾ ਬਣਾ ਸਕੇ ਮਸ਼ੀਨਰੀ ਨੂੰ ਤੇ ਆਖਿਰਚ ਇਹ ਜ਼ਰੂਰ ਪੁੱਛਣਾ ਚਾਹਾਂਗੇ ਤੁਹਾਨੂੰ ਪਰੋਸਾ ਜ਼ਰੂਰ ਹੈ ਲੇਕਿਨ ਫਿਰ ਵੀ ਨਤੀਜੇ ਜਿਹੜੇ ਕੀ ਹੈ ਉਹ ਕੀ ਲੱਗਦਾ ਕਿ ਆਪਣਾ ਵੀ ਭਾਜਪਾ ਦੇ ਜਿਹੜੇ ਲੀਡਰਸ ਨੇ ਉਹ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਣਗੇ 13 ਤਰੀਕ ਦੇਖੋ ਮੇਰੀ ਗੱਲ ਸੁਣੋ ਜਿਲੇ ਵੋਟਾਂ ਪੈ ਰਹੀਆਂ ਹੋਣ ਜਿਹੜਾ ਕੰਮ ਲੋਕਾਂ ਨੇ ਕਰਨਾ ਹੈ ਲੋਕਾਂ ਦੇ ਅਧਿਕਾਰ ਨੂੰ ਲੋਕਾਂ ਤੱਕ ਰਹਿਣ ਦੇਣਾ ਚਾਹੀਦਾ 13 ਤਰੀਕ ਦਾ ਇੰਤਜ਼ਾਰ ਕਰਨਾ ਚਾਹੀਦਾ ਇਹ ਹੰਕਾਰੀ ਲੋਗ ਹੰਕਾਰੀ ਪਾਰਟੀਆਂ ਇਹਨਾਂ ਦੇ ਦਾਅਵੇ ਕਰਦੀਆਂ ਕਿ ਇਹ ਹੋ ਗਿਆ ਇਹਦਾ ਮਤਲਬ ਕਿ ਇਹ ਨਜੂਮੀ ਤੇ ਹੈ ਨਹੀਂ ਇਹ ਜਨਤਾ ਦੇ ਅਧਿਕਾਰ ਨੂੰ ਖੋ ਕੇ ਸੋ ਮੋਟੋ ଘੋਸ਼ਣਾਵਾਂ ਕਰਨ 'ਚ ਵਿਸ਼ਵਾਸ ਰੱਖਣ ਵਾਲੇ ਲੋਗ ਹੈ ਅਸੀਂ ਨਹੀਂ ਆ ਜਨਤਾ ਮਾਲਕ ਹੈ ਲੋਕਤੰਤਰ ਦੇ ਅੰਦਰ ਜਨਤਾ ਦੇ ਪਾਏ ਵੋਟ ਨੇ ਨਿਰਣੇ ਕਰਨਾ ਕਿ ਉਹ ਕਿਹਨੂੰ ਚੁੰੰਦੀ ਹੈ ਔਰ ਮੈਨੂੰ ਲੱਗਦਾ ਹੈ ਕਿ ਜਨਤਾ ਜਿਹੜੀ ਹੈ ਜਿਸ ਤਰੀਕੇ ਦਾ ਸਨੇਹ ਮਿਲਿਆ ਉਹ ਬੀਜੇਪੀ ਦੇ ਪ੍ਰਤੀ ਵਿਸ਼ਵਾਸ ਪ੍ਰਗਟ ਕਰੇਗੀ कॅमरामॅन अनमोल देनमोल गुलाटी जी मीडिया जलंधर